ਹੈਲੋ ਗਾਈਜ਼, ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼। ਅਸੀਂ ਪਹਿਲਾਂ ਵੀ ਕਿਹਾ ਸੀਗਾ ਸਮਾਣਾ ਹਲਚਲ ਨਿਊਜ਼ ਲੋਕ ਮਸਲੇ ਚੱਕਦਾ ਰਿਹਾ, ਲੋਕਾਂ ਦੇ ਮੁੱਦੇ ਹੀ ਚੱਕਦਾ ਰਿਹਾ, ਅਤੇ ਅੱਜ ਵੀ ਇੱਕ ਮੁੱਦੇ 'ਤੇ ਮੁੱਦੇ ਨੂੰ ਲੈ ਕੇ ਅਸੀਂ ਜਨਤਾ ਦੇ ਵਿੱਚ ਜਾ ਰਹੇ ਹਾਂ। ਮੁੱਦਾ ਇਹ ਹੈ, 29 ਜੁਲਾਈ ਨੂੰ ਅਸੀਂ ਨੇ ਪਿੰਡ ਖੱਤਰੀਵਾਲਾ ਵਿਖੇ ਇੱਕ ਵੀਡੀਓ ਪ੍ਰਕਾਸ਼ਿਤ ਕੀਤੀ ਗਈ ਸੀਗੀ, ਜਿਸ ਦਾ ਸਾਨੂੰ ਬਹੁਤ ਦਬਾਅ ਬਣਾਇਆ ਗਿਆ ਕਿ ਵੀਡੀਓ ਨਾ ਚਲਾਓ, ਕਿ ਵੀ ਘਪਲੇ ਅਫਸਰਾਂ ਦੇ ਨਾਮ ਸਾਹਮਣੇ ਆਉਣਗੇ, ਕਿ ਵੀ ਇਸ ਵੀਡੀਓ ਨੂੰ ਰੋਕ ਦਿਓ, ਅਫਸਰਾਂ ਦੀ ਬਦਨਾਮੀ ਹੋਏਗੀ। ਪਰ ਅਸੀਂ ਨੇ ਬਿਨਾਂ ਸੋਚੇ ਸਮਝੇ, ਬਿਨਾਂ ਡਰ ਤੋਂ, ਬੇਖੌਫ ਹੋ ਕੇ ਪਿੰਡ ਵਾਸੀਆਂ ਦੇ ਭਰਾਵਾਂ ਦੇ ਸਹਿਯੋਗ ਨਾਲ, ਉਹਨਾਂ ਦੀ ਮਦਦ ਨਾਲ, ਉਹਨਾਂ ਤੋਂ ਵਿਦ ਸਣੇ ਪ੍ਰੂਫ ਨਾਲ ਵੀਡੀਓ 29 ਜੁਲਾਈ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਦੇ ਵਿੱਚ ਪਲੇਗਰਾਊਂਡ ਤਾਂ ਬਣਿਆ ਆ, ਪਲੇਗਰਾਊਂਡ ਤਾਂ ਬਣਿਆ ਪਰ ਕਾਗਜ਼ਾਂ ਦੇ ਵਿੱਚ ਹੀ ਬਣਿਆ। ਉਹਨਾਂ ਨੇ ਅਧਿਕਾਰੀਆਂ ਨੇ ਕਹਿਣ ਦਾ ਮਤਲਬ ਕਿ ਵੀ ਜਿਹੜੀ ਉੱਤੋਂ ਅਧਿਕਾਰੀਆਂ ਨੇ ਜਿਹੜੇ ਉਹਦਾ ਪੈਸਾ ਖਾਧਾ ਗਿਆ, ਫਰਜ਼ੀ ਬਿੱਲ ਬਣਾਏ, ਫਰਜ਼ੀ ਡਾਕੂਮੈਂਟ ਤਿਆਰ ਕਰਕੇ ਗਰਾਂਟ ਪੂਰੀ ਖੁਰਦ ਕਰ ਦਿੱਤੀ ਗਈ। ਮਾਮਲਾ 29 ਜੁਲਾਈ ਦਾ, ਪਿੰਡ ਖੱਤਰੀਵਾਲਾ ਵਿਖੇ ਜਿਹੜਾ ਪਲੇਗਰਾਊਂਡ ਬੱਚਿਆਂ ਦੇ ਖੇਡਣ ਲਈ ਪਲੇਗਰਾਊਂਡ ਬਣਾਇਆ ਜਾਣਾ ਸੀ, ਉਹ ਪਲੇਗਰਾਊਂਡ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਸੀ। ਉਸਦੇ ਸਬੂਤ ਵੀ ਅੱਜ ਪੇਸ਼ ਕਰੇ ਜਾਣਗੇ, ਅਤੇ ਜਿਨ੍ਹਾਂ ਅਧਿਕਾਰੀਆਂ ਦੇ ਵਿੱਚ ਨਾਮ ਆਏ ਨੇ ਉਹਨਾਂ ਅਧਿਕਾਰੀਆਂ ਨੂੰ ਪੂਰੀ ਤਰਲੋ ਮੱਛੀ ਲੱਗੀ ਪਈ ਹੈ ਕਿ ਵੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਬਚਾਓ ਹੋ ਜੇ। ਅਤੇ ਸਾਨੂੰ ਇੱਥੇ ਤੱਕ ਪਤਾ ਲੱਗਿਆ ਕਿ ਉਹਨਾਂ ਅਧਿਕਾਰੀਆਂ ਦਾ 29 ਜੁਲਾਈ ਤੋਂ ਅੱਜ ਕਿੰਨੀ ਤਰੀਕ ਹੋ ਗਈ, 12 ਅਗਸਤ ਹੋ ਗਈ, ਅਧਿਕਾਰੀਆਂ ਨੇ ਕੋਈ ਹਾਲੇ ਤੱਕ ਕਾਰਵਾਈ ਨਹੀਂ ਕੀਤੀ। ਅਤੇ ਸਾਨੂੰ ਕੁਝ ਅਧਿਕਾਰੀਆਂ ਨੇ ਕਿਹਾ ਕਿ ਵੀ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਲੈ ਕੇ ਚੱਲਦੇ ਹਾਂ, ਮਾਨਯੋਗ ਕੋਰਟ ਦੇ ਰਾਹੀਂ ਇਨਸਾਫ ਮਿਲੇਗਾ। ਅਤੇ ਜਿਨ੍ਹਾਂ ਨੇ ਇਹ ਪੈਸਾ ਖੁਰਦ ਕੀਤਾ ਅਤੇ ਬੱਚਿਆਂ ਦੇ ਗਰਾਊਂਡ ਦੇ ਪੈਸਾ ਖਾਧਾ, ਅਤੇ ਜਿਨ੍ਹਾਂ ਅਧਿਕਾਰੀਆਂ ਨੇ ਫਰਜ਼ੀ ਬਿੱਲ ਬਣਵਾਏ ਨੇ ਫਾਰਮਾਂ ਤੋਂ, ਫਾਰਮਾਂ ਦਾ ਮਤਲਬ ਕਿ ਵੀ ਇੱਟਾਂ ਦੇ ਜਾਲੀ ਬਿੱਲ, ਸਮਿੰਟ ਦੇ ਜਾਲੀ ਬਿੱਲ ਅਤੇ ਹੋਰ ਸਮਾਨ ਦੇ ਜਾਲੀ ਬਿੱਲ ਬਣਵਾ ਕੇ ਜਿਹੜੀਆਂ ਔਨਲਾਈਨ ਪੇਮੈਂਟਾਂ ਖਾਧੀਆਂ ਗਈਆਂ ਨੇ, ਉਹਨਾਂ ਦੀ ਚੰਗੀ ਤਰ੍ਹਾਂ ਤਸੱਲੀ ਹੋਵੇ ਅਤੇ ਉਹਨਾਂ ਨੂੰ ਨੌਕਰੀ ਤੋਂ ਦਰਖਾਸਤ ਕਰਕੇ ਉਹਨਾਂ ਘਰੇ ਬਿਠਾਇਆ ਜਾਵੇ, ਤਾਂ ਜੋ ਹੋਰ ਕੋਈ ਅਧਿਕਾਰੀ ਇਹੋ ਜਿਹੇ ਘਪਲੇ ਕਰਨ ਦੀ ਕੋਸ਼ਿਸ਼ ਨਾ ਕਰੇ। ਹੁਣ ਵੀਰ ਨਾਲ ਵੀ ਗੱਲ ਕਰਦੇ ਹਾਂ, ਇਹਨਾਂ ਨੂੰ ਕਈ ਵਾਰੀ ਇੱਥੇ ਵੀਡੀਓ ਦਫ਼ਤਰ ਦੇ ਵਿੱਚ ਬੁਲਾਇਆ ਗਿਆ, ਪਰ ਇਹਨਾਂ ਦੀ ਗੱਲਬਾਤ ਕੋਈ ਨਹੀਂ ਸੁਣੀ ਗਈ, ਸਿਰਫ ਕਾਗਜ਼ਾਂ ਦੇ ਵਿੱਚ ਹੀ ਹਾਜ਼ਰੀ ਲਵਾਉਂਦੇ ਰਹੇ ਅਤੇ ਬੁਲਾਉਂਦੇ ਰਹੇ, ਬਾਕੀ ਸੁਣਦੇ ਆ ਭਰਾ ਦੀ ਕੀ ਆਖਦੇ ਨੇ, ਕੀ ਅੱਗੇ ਮਾਮਲਾ। ਹਾਂਜੀ ਕੁਲਵਿੰਦਰ ਜੀ, ਇੱਕ ਆਪਾਂ ਨੇ ਵੀਡੀਓ ਪ੍ਰਕਾਸ਼ਿਤ ਕੀਤੀ ਸੀ ਪਿੰਡ ਖੱਤਰੀਵਾਲਾ ਦੀ 29 ਜੁਲਾਈ ਨੂੰ, ਅੱਜ 12 ਅਗਸਤ ਹੋ ਗਈ, ਤੁਹਾਨੂੰ ਉਹਨਾਂ ਨੇ ਵੀਡੀਓ ਦਫ਼ਤਰ ਵਾਲਿਆਂ ਨੇ ਕਈ ਵਾਰੀ ਬੁਲਾਇਆ, ਕੀ ਮਾਮਲਾ ਅਤੇ ਕੀ ਕਹਿਣਾ ਚਾਹੁੰਦੇ ਹੋ? ਸਰ ਮੈਨੂੰ ਜਦੋਂ ਵੀ ਉਹ ਹਰ ਵਾਰ ਬੁਲਾਉਂਦੇ ਨੇ, ਮੇਰੇ ਬਿਆਨ ਕਹਿੰਦੇ ਨੇ ਕਿ ਦਰਜ ਕਰਵਾ ਦਿਓ ਜੀ, ਪਰ 1 ਮਹੀਨਾ ਮੇਰੀ ਦਰਖਾਸਤ ਨੂੰ ਹੋਣ ਦੇ ਬਾਵਜੂਦ ਉਹਨਾਂ ਵੱਲੋਂ ਮੈਨੂੰ ਕੋਈ ਵੀ ਲੈਟਰ ਨਹੀਂ ਦਫ਼ਤਰ ਵੱਲੋਂ ਕੱਢਿਆ ਗਿਆ। ਮੈਂ ਆਪਣੀ ਦਰਖਾਸਤ ਦਾ ਪਤਾ ਕਰਨ ਵਾਸਤੇ ਤੁਹਾਡੀ ਗੱਲ ਕੱਟਦੇ ਹਾਂ, ਕਿਉਂਕਿ ਜਦੋਂ ਤੁਸੀਂ ਨੇ ਇਹ ਘਪਲਾ ਉਜਾਗਰ ਕੀਤਾ ਸੀ ਅਤੇ ਅਸੀਂ ਨੇ ਮੀਡੀਆ ਨੇ ਬੇਖੌਫ ਹੋ ਕੇ ਸੱਚਾਈ ਦੇ ਨਾਲ ਖੜ ਕੇ ਮਾਮਲਾ ਉਜਾਗਰ ਕੀਤਾ ਸੀ, ਤੁਸੀਂ ਨੇ ਉਹਨਾਂ ਅਧਿਕਾਰੀਆਂ ਦੇ ਵੀ ਨਾਮ ਬੋਲੇ ਸੀ, ਹਾਂਜੀ, ਉਹਨਾਂ ਅਧਿਕਾਰੀਆਂ 'ਤੇ ਕਿਉਂ ਨਹੀਂ ਕਾਰਵਾਈ ਹੋਈ ਅਤੇ ਕੀ ਆਖਦੇ ਨੇ? ਇਹ ਤਾਂ ਹੁਣ ਜਾਂ ਤਾਂ ਇਨਕੁਆਇਰੀ ਵਾਲੇ ਅਫਸਰ ਦੱਸ ਸਕਦੇ ਨੇ ਜੀ, ਠੀਕ ਹੈ ਜੀ, ਅਤੇ ਜਾਂ ਫਿਰ ਉਹ ਅਧਿਕਾਰੀ ਦੱਸ ਸਕਦੇ ਨੇ ਜੀ। ਅਸੀਂ ਤਾਂ ਆਪਣਾ ਚੱਲੇ ਹੋਏ ਹਾਂ, ਦਫ਼ਤਰ ਆਉਣੇ ਆ, ਪਤਾ ਕਰਦੇ ਹਾਂ, ਪਰ ਸਾਨੂੰ ਵੀ ਹੈਰਾਨ, ਜਦੋਂ ਤੁਹਾਨੂੰ ਬੁਲਾਉਂਦੇ ਤੁਸੀਂ ਆ ਰਹੇ ਹੋ? ਮੈਂ ਬਿਨਾਂ ਬੁਲਾਏ ਆਉਣਾ ਜੀ ਜੀ। ਮੈਨੂੰ 1 ਲੈਟਰ ਅੱਜ ਗਿਆ, ਉਹ ਵੀ ਹੋਰ ਦਰਖਾਸਤ ਦੇ ਸੰਬੰਧ 'ਚ। ਅੱਛਾ, ਉਹ ਦਰਖਾਸਤ ਹੈ ਜੀ, ਉਸ ਦੇ ਸੰਬੰਧ ਦੇ ਵਿੱਚ ਹਜੇ ਤੱਕ ਮੈਨੂੰ ਕੋਈ ਲੈਟਰ ਨਹੀਂ ਗਿਆ ਇਹਨਾਂ ਦਾ। ਦੂਜੀ ਗੱਲ ਹੋਰ ਹੈ, ਜਿਹੜਾ ਇਹਨਾਂ ਨੇ ਹੁਣ ਮੈਨੂੰ ਲੈਟਰ ਕੱਢਿਆ ਇੱਕ, ਉਹਦੇ ਵਿੱਚ ਇਹਨਾਂ ਨੇ 11/8/2024 ਤਰੀਕ ਮੁਕਰਰ ਕੀਤੀ ਹੈ, ਜਦਕਿ 11/8 ਨੂੰ ਸੰਡੇ ਸੀ। ਜਿਹੜੀ ਤਰੀਕ ਨੂੰ ਤੁਹਾਨੂੰ ਲੈਟਰ ਭੇਜਿਆ ਗਿਆ ਸੀ, ਆਪਣੇ ਕੈਮਰਾਮੈਨ ਨੂੰ ਕਹਾਂਗੇ ਕਿ ਵੀ ਕੈਮਰਾਮੈਨ ਕਿ ਵੀ ਇਹਨੂੰ ਵਿੱਚ ਲੈਟਰ ਨੂੰ ਕਰੇ ਕਿ ਵੀ ਜਿਸ ਤਰੀਕ ਨੂੰ ਲੈਟਰ ਕੱਢਿਆ ਗਿਆ ਉਹ ਸੰਡੇ ਹੈ। ਦੋ ਤਰੀਕ ਰੱਖੀ ਹੋਈ ਹੈ ਜੀ, ਕਿ ਵੀ ਪਤਾ ਲੱਗਿਆ ਅਧਿਕਾਰੀ ਤਾਂ ਪਹਿਲੀ ਟਾਈਮ 'ਤੇ ਨਹੀਂ ਆਉਂਦੇ ਅਤੇ ਸੰਡੇ ਦੇ ਤਰੀਕ ਨੂੰ, ਸੰਡੇ ਨੂੰ ਲੈਟਰ ਕੱਢਣਾ ਕੀ ਮਤਲਬ ਬਣਦਾ? ਅਤੇ ਸਿਰਫ ਇੱਕ ਹਰਾਸਮੈਂਟ ਕਰਨ ਦਾ ਜ਼ਰੀਆ। 11 ਤਰੀਕ ਦਾ ਮੈਨੂੰ ਟਾਈਮ ਦਿੱਤਾ, ਕੋਈ ਦਫ਼ਤਰ ਨਹੀਂ ਖੁੱਲ੍ਹਦਾ ਸੰਡੇ ਨੂੰ ਜੀ, ਜਦਕਿ ਤਰੀਕ ਦੂਜੇ ਮੁਲਾਜ਼ਮਾਂ ਨੂੰ ਉਹਨਾਂ ਨੇ ਅੱਜ ਦਿੱਤੀ ਹੋਈ ਹੈ 12 ਤਰੀਕ ਜੀ। ਸਾਡੀ ਤਾਂ ਇਹੀ ਬੇਨਤੀ ਹੈ ਕਿ ਜਿਹੜੇ ਵੀ ਅਫਸਰ ਇਹਦੇ ਵਿੱਚ ਅਨਵੇਲ ਬਣੇ,
ਉਹਨਾਂ ਸਾਰਿਆਂ 'ਤੇ ਬਣਦੀ ਕਾਨੂੰਨੀ ਕਾਰਵਾਈ ਹੋਵੇ। ਅਤੇ ਦੂਜੀ ਗੱਲ ਇਹ ਹੈ, ਜਿਨ੍ਹਾਂ ਫਰਮਾਂ ਨੂੰ ਇਹਨਾਂ ਨੇ ਬਿੱਲ ਪਾਏ ਨੇ, ਪੈਸਾ ਪਾਇਆ ਜਿਹੜਾ ਫਰਮਾਂ ਦੇ ਵਿੱਚ ਜਾਲੀ ਬਿੱਲ ਬਣਾ ਕੇ, ਉਹ ਵੀ ਸਜ਼ਾ ਦੇ ਭਾਗੀਦਾਰ ਨੇ। ਦੇਖੋ ਮਾਲ ਤਾਂ ਉੱਥੇ ਗਿਆ ਨਹੀਂ, ਬਿੱਲ ਉਹਨਾਂ ਨੇ ਕੱਟ ਕੇ ਦੇ ਤੇ ਪੈਸਾ ਉਹਨਾਂ ਕੋਲ ਚਲਾ ਗਿਆ ਤੇ 8-8 ਮਹੀਨੇ ਹੋ ਗਏ ਜੀ। ਤੇ ਇਸ ਕਰਕੇ ਜਿਹੜੀਆਂ ਉਹ ਫਰਮਾਂ ਨੇ ਉਹ ਵੀ ਇਹਦੇ 'ਚ ਭਾਗੀਦਾਰ ਨੇ, ਉਹਨਾਂ 'ਤੇ ਵੀ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਤੇ ਤੁਹਾਡੇ ਕਹਿਣ ਦਾ ਮਤਲਬ ਹੈ ਹੁਣ ਤੱਕ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ? ਕੋਈ ਕਾਰਵਾਈ ਨਹੀਂ ਹੋਈ, ਕਾਰਵਾਈ ਨਾ ਹਜੇ ਤੱਕ ਮੈਨੂੰ ਇਹਨਾਂ ਨੇ ਕੋਈ ਕਿਸੇ ਵੀ ਅਧਿਕਾਰੀ ਦਾ ਬਿਆਨ ਹੈ ਜਿਹੜੇ ਉਹਨਾਂ ਦੇ ਦਰਜ ਹੋ ਰਹੇ ਹੈ ਉਸ ਦੀ ਕਾਪੀ ਵੀ ਨਹੀਂ ਹੁਣ ਤੱਕ ਮੈਨੂੰ ਦਿੱਤੀ ਹੈਗੀ। ਕਿਉਂਕਿ ਜਿਹਨਾਂ ਕੱਲ੍ਹ ਨੂੰ ਰਿਕਾਰਡ ਦੇ ਵਿੱਚ ਰਿਕਾਰਡ ਉਹਨਾਂ ਕੋਲ ਹੈ, ਕੱਲ੍ਹ ਨੂੰ ਉਹ ਕਿਸੇ ਵੀ ਅਧਿਕਾਰੀ ਦੇ ਬਿਆਨ ਨੇ ਜਿਹੜੇ ਉਹ ਰਿਕਾਰਡ ਦੇ ਵਿੱਚ ਚੇਂਜ ਕਰ ਸਕਦੇ। ਇਹ ਜਿਹੜਾ ਕਿ ਵੀ ਇਹ ਗਰਾਂਟਾਂ ਖੁਰਦ ਬੁਰਦ ਕੀਤੀਆਂ ਨੇ, ਖਾਧੀਆਂ ਗਈਆਂ ਨੇ, ਇਹ ਦੱਸ ਸਕਦੇ ਹੋ ਕਿਹੜੇ ਮਹਿਕਮੇ, ਪੰਚਾਇਤ ਸੈਕਟਰੀ ਹੈ ਜਾਂ ਕੋਈ ਮਨਰੇਗਾ ਵੱਲੋਂ ਨੇ? ਇਹ ਆਪਣਾ ਪਲੇਗਰਾਊਂਡ ਜਿਹੜਾ ਹੈਗਾ ਉਹਦੀ ਮਨਰੇਗਾ 'ਚ ਹੋਈ, ਮਨਰੇਗਾ ਦੇ ਪੈਸੇ ਨੇ, ਕਿਉਂਕਿ ਮਨਰੇਗਾ ਦੀ ਜਿਹੜੀ ਗ੍ਰਾਂਟ ਆਈ ਹੋਈ ਹੈ ਕੇਂਦਰ ਵੱਲੋਂ ਆਉਂਦੀ ਹੈ। ਹਾਂਜੀ, ਕੇਂਦਰ ਵੱਲੋਂ। ਇੱਥੇ ਇਹ ਵੀ ਕਹਿਣਾ ਬਣਦਾ ਕਿ ਵੀ ਜਿਹੜੀ ਇਹ ਮਨਰੇਗਾ ਦੀ ਗ੍ਰਾਂਟ ਹੈ, ਆਪਣੇ ਕੁਲਵਿੰਦਰ ਸਿੰਘ ਵੀਰ ਨੇ ਦੱਸਿਆ ਕਿ ਵੀ ਜਿਹੜੀ ਮਨਰੇਗਾ ਦੀ ਗ੍ਰਾਂਟ ਜਿਹੜੀ ਖੁਰਦ ਬੁਰਦ ਕੀਤੀ ਗਈ ਹੈ ਕੇਂਦਰ ਵੱਲੋਂ ਗ੍ਰਾਂਟ ਆਉਂਦੀ ਹੈ ਕਿ ਵੀ ਕੇਂਦਰ ਨੂੰ ਉਹਨਾਂ ਨੇ ਝੂਠੇ ਫਰਜ਼ੀ ਬਿੱਲ ਬਣਾ ਕੇ ਪੇਸ਼ ਕਰਕੇ ਉਹਨਾਂ ਨੇ ਗ੍ਰਾਂਟ ਖਾਧੀ ਹੈ। ਅਸੀਂ ਕੇਂਦਰ ਦੀ ਮੋਦੀ ਸਰਕਾਰ ਨੂੰ ਨਮਰਤਾ ਸਹਿਤ ਆਪਣੇ ਚੈਨਲ ਰਾਹੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਵੀ ਇਹ ਜਿਹੀਆਂ ਗ੍ਰਾਂਟਾਂ ਉਹਨਾਂ ਨੂੰ ਦੇਣ ਤੋਂ ਪਹਿਲਾਂ ਪੂਰੀ ਜਾਂਚ ਕੀਤੀ ਜਾਵੇ, ਜਿਨ੍ਹਾਂ ਅਧਿਕਾਰੀਆਂ ਨੇ ਝੂਠੇ ਬਿੱਲ ਪਾ ਕੇ ਗ੍ਰਾਂਟਾਂ ਖਾਧੀਆਂ ਅਤੇ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨੌਕਰੀ ਤੋਂ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਤਾਂ ਜੋ ਇਹ ਜਿਹੀ ਕੋਈ ਅੱਗੇ ਕੋਈ ਕਾਰਵਾਈ ਕਰਨ ਦੀ ਸੋਚੇ ਵੀ ਨਾ। ਅਤੇ ਅੱਗੇ ਵੀਰ ਨਾਲ ਗੱਲ ਕਰਦੇ ਕੀ ਆਖਦੇ ਨੇ? ਹਾਂਜੀ ਵੀਰ ਜੀ, ਤੁਹਾਡਾ ਨਾਮ? ਮੇਰਾ ਜਰਨੈਲ ਸਿੰਘ। ਜਰਨੈਲ ਜੀ, ਕੀ ਕਹਿਣਾ ਚਾਹੁੰਦੇ ਹੋ ਜਿਹੜੀ ਤੁਸੀਂ ਅੱਜ ਵੀਡੀਓ ਦਫ਼ਤਰ ਦੇ ਵਿੱਚ ਆਏ ਹੋ ਅਤੇ ਪਤਾ ਲੱਗਿਆ ਕੋਈ ਪਲੇਗਰਾਊਂਡ ਦਾ ਤੁਸੀਂ ਮੁੱਦਾ ਚੱਕਿਆ ਹੋਇਆ? ਦੇਖੋ, ਇਹ ਤਾਂ ਹੋਣਾ ਹੀ ਚਾਹੀਦਾ ਜੀ, ਅਤੇ ਬਾਕੀ ਸਾਡੇ ਹੋਰ ਵੀ ਪਿੰਡ ਦੇ ਵਿੱਚ ਇੰਨੇ ਕੰਮ ਪੈਂਡਿੰਗ ਪੈ ਨੇਗੇ, ਇਹਨਾਂ ਦੇ ਪੈਸੇ ਬਹੁਤ ਆਏ ਤੇਗੇ, ਹਾਲ ਲੱਗੇ ਹੈ ਨਹੀਂ ਉਹਨਾਂ ਦੇ। ਅਤੇ ਸਾਡੇ ਇੱਕ ਪਿੰਡ ਨਾ ਟੋਬੇ ਦੇ ਕੰਮ ਉਸਾਰੀ ਕਰੀ, ਪਹਿਲੀ ਵਾਰ ਇਹਨਾਂ ਨੇ ਟੋਬੇ ਦੀ ਮਿੱਟੀ ਪਟਾਈ ਤੇ, ਇਹਨਾਂ ਨੇ ਜਿਹੜੀ ਮਿੱਟੀ ਪਟਾਈ ਦੀ ਉਹਦੀ ਸਾਰੀ ਲੇਬਰ ਤਾਂ ਇਹਨੇ ਪੰਚਾਇਤ ਅਕਾਊਂਟ 'ਚ ਕਰਤੀ ਇਹਨਾਂ ਨੇ, ਜਿਹੜੀ ਮਿੱਟੀ ਦੀ ਮਿੱਟੀ ਉਰਦ ਫੁਰਦ ਕਰਤੀ ਇਹਨਾਂ ਨੇ, 8-9 ਲੱਖ ਰੁਪਏ ਮਿੱਟੀ ਦਾ ਗੈਪ ਕਰਤਾ ਇਹਨਾਂ ਨੇ। ਅਤੇ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਮਿੱਟੀ ਜਿਵੇਂ ਮਾਈਨਿੰਗ ਅੱਗੇ ਟੀਪਰ ਚੱਲਦੇ ਨੇ ਉਹਨਾਂ ਨੂੰ ਵੇਚੀ ਹੈ ਇਹਨਾਂ ਨੂੰ? ਕੀ ਪਤਾ ਕਿਹਨਾਂ ਨੂੰ ਵੇਚੀ, ਉਹ ਸਰਪੰਚ ਦੱਸਣਗੇ ਜਾਂ ਸੈਕਟਰੀ ਦਾ ਦੱਸੂਗਾ ਜੀ, ਇਹਨੇ ਕੋਈ ਜਮ੍ਹਾਂ ਖਾਪਤ ਨਹੀਂ ਕਰਿਆ। ਕਦੋਂ ਦੀ ਗੱਲ, ਕਦੋਂ ਦੀ ਹੈ ਇਹ? ਟੋਬੇ ਵਾਲੀ ਮਿੱਟੀ, ਟੋਬੇ ਵਾਲੀ ਮਿੱਟੀ ਜੀ, ਕਦੋਂ ਦੀ ਹੈ, ਕਿੰਨਾ ਕੁ ਟਾਈਮ ਹੋ ਗਿਆ ਗੱਲ ਨੂੰ? ਇਹ ਪਹਿਲੇ ਸਾਲ ਦੀ ਗੱਲ ਨਾ ਜੀ, ਟੋਬਾ ਪਾਇਆ ਗਿਆ ਜੀ ਜਦੋਂ ਪਹਿਲੀ ਸਾਲ 2019 ਦੀ ਗੱਲ ਹੈ, 2019 ਦੀ ਗੱਲ ਹੈ। ਹਾਂਜੀ ਜੀ, ਟੋਬੇ ਦੀ ਜਦੋਂ ਸਾਫ਼ ਸਫਾਈ ਕਹਿੰਦੇ ਕੋਈ ਡੰਗਾਈ ਕੀਤੀ ਗਈ ਸੀ? ਡੰਗਾਈ ਟੋਬੇ ਡੰਗਾਈ ਕਰੀ ਜੀ, ਅਸੀਂ ਨੇ ਪੁੱਛਿਆ ਕਈ ਵਾਰ ਵੀ ਮਿੱਟੀ ਕਿੱਥੇ ਆ, ਸਾਨੂੰ ਦੱਸ ਦੇਣਗੇ ਸੈਕਟਰੀ ਸਾਹਿਬ ਦੱਸਣਗੇ, ਉਹਨੂੰ ਪੁੱਛਦੇ ਸਰਪੰਚ ਸਾਹਿਬ ਦੱਸਣਗੇ। ਤੁਹਾਡੇ ਜਿਹੜੇ ਸੈਕਟਰੀ ਨੇ ਕੌਣ ਨੇ ਉਹ ਸੈਕਟਰੀ ਨੇ? ਬਲਜਿੰਦਰ ਜੀ। ਬਲਜਿੰਦਰ ਸਿੰਘ ਜੀ, ਸਾਨੂੰ ਮਿੱਠੀਆਂ ਗੋਲੀ 'ਚ ਰੱਖਦੇ ਨੇ, ਸਾਡੇ ਸੈਂਡ ਵਿੱਚ ਮਤੇ 'ਤੇ ਕਰਵਾ ਕੇ ਉਹਨਾਂ ਨੇ ਸਾਨੂੰ ਮਿੱਠੀ ਗੋਲੀ 'ਤੇ ਰੱਖਿਆ, ਉਹਨਾਂ ਨੇ ਦੱਸਦੇ ਹਾਂ ਅੱਜ ਦੱਸਦੇ ਕੱਲ੍ਹ ਦੱਸਦੇ ਹਾਂ, ਸਾਨੂੰ ਪੁੱਛਿਆ ਵੀ ਕਿੰਨਾ ਪੈਸਾ ਹੁਣ ਤੱਕ 5 ਸਾਲ ਵਿੱਚ ਆ ਗਿਆ, ਸਾਨੂੰ ਦੱਸੋ ਇਹਦੇ ਬਾਰੇ, ਮਹੀਨਾ 20 ਦਿਨ ਲਗਾ ਕੇ ਗੱਲ ਗੋਲ ਕਰਦੇ ਨੇ, ਦੱਸਦੇ ਕੁਛ ਹੈ ਨਹੀਂ। ਤੁਹਾਡੇ ਆਈਡੀ ਕਿੰਨੇ ਦੀ ਮਿੱਟੀ ਖਾਧੀ ਗਈ? ਉਹ ਮਿੱਟੀ ਘੱਟੋ ਘੱਟ 8-9 ਲੱਖ ਦੀ ਹੋਈ। ਇਹ ਕਹਿਣਾ ਜਰਨੈਲ ਸਿੰਘ ਦਾ ਕਿ ਵੀ ਪਿੰਡ ਖੱਤਰੀ ਵਾਲੇ ਵਿਖੇ ਕਿ ਵੀ ਟੋਬੀ ਦੀ ਡੂੰਘਾਈ ਜਾਂ ਕੁਛ ਕਾਰੋ ਨਾ ਕਰਨ ਵਾਸਤੇ, ਉਹਦੇ ਕਾਰੋਬਾਰ ਕਰਾਉਣ ਵਾਸਤੇ ਜਾਂ ਉਹਦਾ ਕੋਈ ਗ੍ਰਾਂਟ ਗਰੂੰਟ ਆਈ ਹੋਣੀ ਵੀ ਟੋਬੇ ਵਾਸਤੇ, ਉਹਨਾਂ ਦਾ ਕਹਿਣਾ ਕਿ ਵੀ 7-8 ਲੱਖ ਰੁਪਈਆ ਮਿੱਟੀ ਵੇਚੀ ਗਈ ਹੈ, ਖੁਰਦ ਬੁਰਦ ਕੀਤੀ ਗਈ ਹੈ, ਉਹ ਮਿੱਟੀ ਦਾ ਕੋਈ ਹਿਸਾਬ ਨਹੀਂ ਦਿੱਤਾ ਗਿਆ। ਜਰਨੈਲ ਸਿੰਘ ਨੇ ਇੱਥੇ ਤੱਕ ਕਿਹਾ ਕਿ ਜਦੋਂ ਵੀ ਅਸੀਂ ਇਸ ਬਾਰੇ ਪੁੱਛਵਲ ਪੜਤਾਲ ਜਾਂ ਕੋਈ ਗੱਲਬਾਤ ਕਰਦੇ ਹਾਂ ਤਾਂ ਸਾਨੂੰ ਸਵਾਏ ਮਿੱਠੀਆਂ ਗੋਲੀਆਂ ਤੋਂ ਪੰਚਾਇਤ ਸੈਕਟਰੀ ਵੱਲੋਂ ਕੁਛ ਨਹੀਂ ਦਿੱਤਾ ਗਿਆ। ਅਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਜਿਹੜਾ ਵੀਡੀਓ ਦਫ਼ਤਰ ਦੇ ਗ੍ਰਾਂਟ ਹੈ ਕਿਸੇ ਏਜੰਸੀ, ਵਿਸ਼ੇਸ਼ ਏਜੰਸੀ ਤੋਂ, ਇਮਾਨਦਾਰ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਕਿ ਵੀ ਜਿੱਥੇ ਜਿੱਥੇ ਰੋਜ਼ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਨੇ ਕਿ ਵੀ ਬਹੁਤ ਅਧਿਕਾਰੀ ਇਸ ਦੀ ਲਪੇਟ ਦੇ ਵਿੱਚ ਆਉਣਗੇ, ਉਹਨਾਂ ਦੇ ਕਿ ਵੀ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਵੀ ਉਹਨਾਂ ਦੇ ਵਿੱਚ ਅਧਿਕਾਰੀ ਇਨਵੋਲਵ ਨੇ, ਤਾਂ ਜੋ ਉਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਅੱਗੇ ਤੋਂ ਕੋਈ ਇਹੋ ਜਿਹਾ ਕਿ ਵੀ ਬੱਚਿਆਂ ਦੇ ਪਲੇਗਰਾਊਂਡ ਤੋਂ ਇਲਾਵਾ ਹੋਰ ਜਿਹੜੇ ਵਿਕਾਸ ਦੇ ਕੰਮਾਂ ਲਈ ਗਰੰਟੀਆਂ ਉਹਨਾਂ ਨੂੰ ਖੁਰਦ ਬੁਰਦ ਕੀਤਾ ਨਾ ਜਾ ਸਕੇ। ਅੱਗੇ ਗੱਲ ਕਰਦੇ ਜੇ ਕੋਈ ਵੀਰ ਆਖਦੇ
ਸਰਪੰਚ ਕਹਿੰਦੇ ਦਿੰਦੇ ਆ ਟਾਈਮ, ਅੱਜ ਦਿੰਦੇ ਆ, ਕੱਲ੍ਹ ਦਿੰਦੇ ਆ, ਹਫ਼ਤਾ ਦਸ ਦਿਨ ਅਸੀਂ ਟਾਈਮ ਕਰਦੇ ਕਰਦੇ 5 ਸਾਲ ਪੂਰਾ ਹੋ ਗਿਆ, ਪੰਚਾਇਤਾਂ ਦਾ ਟਾਈਮ ਵੀ ਖਤਮ ਹੋ ਗਿਆ। ਦੇਖੋ ਅਸੀਂ 3.5 ਸਾਲ ਬਾਅਦ ਪਤਾ ਲੱਗਿਆ ਵੀ ਆਹ ਕੁਛ ਕਰ ਰਹੇ। ਜੇ ਤੁਹਾਨੂੰ ਪਤਾ ਲੱਗਿਆ ਜਦੋਂ ਤੁਹਾਡੇ ਕੋਲ ਮਤਾ ਪਾਉਂਦੇ ਸੀ ਉਦੋਂ ਨੀ ਤੁਹਾਨੂੰ ਪਤਾ ਲੱਗਿਆ? ਅਸੀਂ ਵਿਸ਼ਵਾਸ ਤੌਰ 'ਤੇ ਚੱਲੀਏ ਵੀ ਆਹ ਵਿਸ਼ਵਾਸ ਬੰਦਾ ਠੀਕ ਆ, ਗੁਰੂਆਂ ਪੀਰਾਂ ਦਾ ਸੌਂਹ ਖਾਂਦਾ ਰਿਹਾ, ਮੈਨੂੰ ਸੌਂਹ ਲੱਗੇ ਫਲਾਣੇ ਗੁਰੂ ਵੀ, ਮੈਂ ਕੰਮ ਨਹੀਂ ਕਰਦਾ ਹੈਗਾ, ਇਹਦੇ ਕੋਠੀ ਪਾਉਣ ਸ਼ੁਰੂ ਕਰੀ, ਸਾਨੂੰ ਸ਼ੱਕ ਹੋ ਗਿਆ ਵੀ ਹੁਣ ਕਰ ਰਿਹਾ ਕੰਮ ਇਹ। ਕਿ ਵੀ ਕਹਿਣ ਦਾ ਮਤਲਬ ਹੈ ਕਿ ਵੀ ਤੁਹਾਡੇ ਜਿਹੜੀ ਕੋਠੀ ਪਾਣੀ ਸ਼ੁਰੂ ਉਹਨੇ ਕੀਤੀ ਹੈ, ਜਿਹੜੀ 2 ਨੰਬਰ ਦੇ ਪੈਸੇ ਨਾਲ ਹੀ ਕੋਠੀ ਪਾਈ ਹੈ। ਦੇਖੋ ਸਾਨੂੰ ਹਿਸਾਬ ਦੇਵੇ ਹੁਣ ਤੱਕ 2 ਨੰਬਰ 'ਚ, ਕਿ ਉਹਦੀ ਵੀ ਜਾਂਚ ਕਰਵਾਈ ਜਾਵੇ ਕਿੱਥੋਂ ਪੈਸਾ ਆਇਆ, ਕੀ ਇਹਦਾ ਕਾਰੋਬਾਰ ਹੈ। ਹਾਂ, ਇਹਨੂੰ ਪੁੱਛਿਆ ਜਾਵੇ ਕਿ ਵੀ ਪਹਿਲਾਂ ਨਾ ਬਣਾਈ ਗਈ ਤੇ ਜਦੋਂ ਸੌਦੇ ਦੇ ਵਿੱਚ ਆਇਆ ਫੇਰ ਹੀ ਬਣਵਾਈ ਗਈ? ਦੇਖੋ ਜੀ, ਆਪਾਂ ਨੂੰ ਦੇਖੋ ਇਹ ਗੱਲ ਦਾ ਲੱਗਦਾ ਸਾਡੇ ਸਹਿਣ ਦੇ ਵਿੱਚ, ਜੇ ਅਸੀਂ ਕੋਈ ਮਾੜਾ ਕਰਿਆ ਹੋਊਗਾ ਜੇ ਤਾਂ ਕੁਛ ਲਿਆ ਹੋਊਗਾ ਦਿਖੂਗਾ, ਸਾਡੀ ਵੀ ਨਾਲ ਇਨਕੁਆਇਰੀ ਕਰ ਸਕਦੇ ਹਾਂ, ਸਾਡੇ ਖਾਤੇ ਚੈੱਕ ਕਰ ਸਕਦੇ। ਜੀ ਜੀ ਜੀ, ਜਿਹੜੇ ਘਪਲਾ ਕਰਿਆ ਉਹਦਾ ਇਨਕੁਆਇਰੀ ਹੋਣੀ ਚਾਹੀਦੀ ਬੰਦੇ ਦੀ। ਇਹ ਕਹਿਣਾ ਜਰਨੈਲ ਸਿੰਘ ਦਾ ਕਿ ਵੀ ਸਰਪੰਚ ਵੱਲੋਂ ਕਿ ਵੀ ਪੈਸੇ 2 ਨੰਬਰ ਦੇ ਕਥਿਤ ਪੈਸੇ ਨਾਲ ਹੀ ਕਿ ਵੀ ਕੋਠੀ ਪਾਈ ਗਈ ਹੈ, ਜਦੋਂ ਕਿ ਪੈਸਾ ਖੁਰਦ ਬੁਰਦ ਹੋਇਆ ਕਿ ਵੀ ਉਹਨਾਂ ਗਰੰਟਾਂ ਦੀ ਜਾਂਚ ਕਰਵਾਈ ਜਾਵੇ ਤਾਂ ਪਤਾ ਕੀਤਾ ਜਾਵੇ ਕੋਠੀ ਕਿਸ ਤਰ੍ਹਾਂ ਪੈ ਗਈ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬੰਦਾ 2 ਵਕਤ ਦੀ ਕਮਾਈ ਇੰਨੀ ਕੁ ਕਰਦਾ ਕਿ ਉਹ ਰੋਟੀ ਦਾ ਗੁਜ਼ਾਰਾ ਵੀ ਮਸਾ ਚੱਲਦਾ, ਅਤੇ ਅੱਗੇ ਹੋਰ ਵੀਰ ਨਾਲ ਵੀ ਗੱਲ ਕਰਦੇ ਨੇ ਕੀ ਆਖਦੇ ਨੇ, ਕਿਉਂਕਿ ਪਿੰਡ ਦੇ ਲੋਕ ਸਾਨੂੰ ਕਹਿੰਦੇ ਨੇ ਵੀ ਵਿੱਚ ਮੈਂਬਰ ਪੈਸੇ ਖਾ ਗਏ, ਕਿਉਂਕਿ ਸੱਚੇ ਹਾਂ ਅਸੀਂ, ਸਾਨੇ ਕੁਛ ਨਹੀਂ ਖਾਧਾ ਹੈਗਾ, ਨਾ ਸਾਡੀ ਵੀ ਇਨਕੁਆਇਰੀ ਕੋਈ ਚੱਕਰ ਨਹੀਂ, ਸੱਚੇ ਹਾਂ ਪਤਾ ਉਹ ਤਾਂ ਹੋਣੀ ਚਾਹੀਦੀ ਹੈ ਵੀ 20 ਸਾਲ ਦੇ ਸਾਨੇ ਘੱਟੋ ਘੱਟ 20 ਵਾਰੀ ਹਿਸਾਬ ਮੰਗਿਆ, 20 ਵਾਰੀ ਵੀ ਕਿੰਨਾ ਪੈਸਾ ਆ ਗਿਆ ਸਾਨੂੰ ਦੱਸ ਦੇ, ਤੂੰ ਖਾ ਗਿਆ ਸਾਨੂੰ ਉਹ ਵੀ ਦੱਸ ਦੇ, ਨਾ ਮੈਂ ਦੁੱਧ ਧੋਤਾਂਗਾ, ਮੈਂ ਖਾਧਾ ਨਹੀਂ ਕੁਛ, ਚਲੋ ਭਾਈ ਠੀਕ ਆ, ਨਹੀਂ ਖਾਧਾ ਨਾ ਸਹੀ। ਥੈਂਕ ਯੂ।